ਅਸਲਾਮ ਅਲੈਕਮ ਮੇਰੇ ਜੀਜ਼ੋ ਘਰ, ਮੇਰੇ ਜੀਜ਼ੋ ਘਰ, ਅਸੀਂ ਆਪਣੇ ਮਾਲੂਮਾਤੀ ਚੈਨਲ ਦੇ ਨਾਲ ਤੁਹਾਨੂੰ ਖੁਸ਼ਾਮਦੀਦ ਕਹਿੰਦੇ ਹਾਂ। ਅੱਜ ਅਸੀਂ ਇੱਕ ਹੋਰ ਮੁਖਤਲਿਫ ਟਾਪਿਕ ਦੇ ਉੱਤੇ ਵੀਡੀਓ ਬਣਾਈ ਹੈ। ਅੱਜ ਅਸੀਂ ਆਏ ਹਾਂ ਇੱਕ ਗਾਉਂ ਦੇ ਵਿੱਚ, ਅਤੇ ਇੱਥੇ ਤੁਹਾਨੂੰ ਪਿੱਛੇ ਨਜ਼ਰ ਆਉਂਦੇ ਹੋਣਗੇ ਬਹੁਤ ਖੂਬਸੂਰਤ ਜਿਹਾ ਫੁੱਲ। ਇਹਨੂੰ ਮੇਰੇ ਜੀਜ਼ੋ ਘਰ ਸਰੋਂ ਦਾ ਖੇਤ ਕਹਿੰਦੇ ਨੇ, ਅਤੇ ਇਹਦੇ ਤੋਂ ਅਸੀਂ ਕਿਹੜੇ ਫਾਇਦੇ ਲੈ ਸਕਦੇ ਹਾਂ, ਅਤੇ ਇਹ ਸਾਡੇ ਜ਼ਿਮੀਂਦਾਰ ਵਾਸਤੇ ਕਿਉਂ ਜ਼ਰੂਰੀ ਹੈ, ਇਹ ਅੱਜ ਤੁਹਾਨੂੰ ਅਸੀਂ ਇਹਦੇ ਬਾਰੇ 'ਚ ਮਾਲੂਮਾਤ ਦੇਵਾਂਗੇ। ਜੀਜ਼ੋ ਘਰ, ਇਹ ਸਾਡੇ ਪਾਕਿਸਤਾਨ ਵਿੱਚ ਬਹੁਤ ਜ਼ਿਆਦਾ ਕਾਸ਼ਤ ਨਹੀਂ ਹੁੰਦੀ, ਲੇਕਿਨ ਮੁਖਤਲਿਫ ਇਲਾਕਿਆਂ ਦੇ ਵਿੱਚ ਬਹੁਤ ਜ਼ਿਆਦਾ ਵੀ ਕਾਸ਼ਤ ਹੁੰਦੀ ਹੈ, ਲੇਕਿਨ ਸਾਡੇ ਮੁਲਕ ਦੀ ਜਿਹੜੀ ਜ਼ਰੂਰੀਅਤ ਹੈ ਨਾ, ਉਹਦੇ ਨਾਲ ਅਸੀਂ ਇਹਦੇ ਕੋਲ ਕਾਸ਼ਤ ਕਰਕੇ ਪੂਰੀ ਨਹੀਂ ਕਰਦੇ, ਅਸੀਂ ਬਾਹਰੋਂ ਮੰਗਵਾਉਂਦੇ ਹਾਂ। ਲੇਕਿਨ ਅਗਰ ਇਹਨੂੰ ਅਸੀਂ ਪਾਕਿਸਤਾਨ ਦੇ ਵਿੱਚ, ਪਾਕਿਸਤਾਨ ਚੂੰਕਿ ਜ਼ਰੀ ਮੁਲਕ ਹੈ, ਅਗਰ ਇਹਨੂੰ ਪਾਕਿਸਤਾਨ ਦੇ ਵਿੱਚ ਅਸੀਂ ਅੱਛੇ ਤਰੀਕੇ ਨਾਲ ਕਾਸ਼ਤ ਕਰੀਏ ਤਾਂ ਅਸੀਂ ਆਪਣੀ ਜ਼ਰੂਰੀਅਤ ਪੂਰੀ ਕਰ ਸਕਦੇ ਹਾਂ। ਦੋਸਤੋ, ਇਹਦੇ ਤੋਂ ਸਰੋਂ ਦੇ ਬੂਟੇ ਤੋਂ ਅਸੀਂ ਜਿਹੜੇ ਨਾ ਖੇਤਾਂ ਦੇ ਵਿੱਚੋਂ ਅਸੀਂ ਆਇਲ, ਸਰੋਂ ਦਾ ਤੇਲ ਜਿਹਨੂੰ ਅਸੀਂ ਕਹਿੰਦੇ ਹਾਂ, ਸਰੋਂ ਦਾ ਤੇਲ ਅਸੀਂ ਲੈ ਸਕਦੇ ਹਾਂ, ਜਿਹੜਾ ਕਿ ਪੂਰੇ ਪਾਕਿਸਤਾਨ 'ਚ ਬਲਕਿ ਪੂਰੀ ਦੁਨੀਆ 'ਚ ਇਸਤੇਮਾਲ ਹੁੰਦਾ। ਉਸ ਤੋਂ ਇਲਾਵਾ ਜਦੋਂ ਇਹਦਾ ਸਰੋਂ ਦਾ ਤੇਲ ਨਿਕਲ ਜਾਂਦਾ ਇਹਦੇ ਵਿੱਚੋਂ, ਉਸ ਤੋਂ ਬਾਅਦ ਖਲ ਇੱਕ ਬਣਦੀ ਹੈ ਜਿਹਨੂੰ ਅਸੀਂ ਕੌੜੀ ਖਲ ਕਹਿੰਦੇ ਹਾਂ, ਉਹ ਜਿਹੜੇ ਨਾ ਦੁੱਧ ਦੇਣ ਵਾਲੇ ਜਾਨਵਰ ਉਹਨਾਂ ਵਾਸਤੇ ਬਹੁਤ ਮੁਫੀਦ ਹੈ, ਅਤੇ ਉਹਦੇ ਨਾਲ ਬਹੁਤ ਜ਼ਿਆਦਾ ਦੁੱਧ ਦੇ ਵਿੱਚ ਇਜ਼ਾਫਾ ਹੁੰਦਾ। ਉਹ ਜਾਨਵਰਾਂ ਦੇ ਚਾਰੇ ਵਿੱਚ ਮਿਲਾ ਕੇ ਤੁਸੀਂ ਜਾਨਵਰਾਂ ਨੂੰ ਖਿਲਾ ਸਕਦੇ ਹੋ। ਇਸ ਤੋਂ ਇਲਾਵਾ ਇਹਦਾ ਜਿਹੜਾ ਗਾਸ ਪੋਸ ਹੈ ਉਹਦੇ ਤੋਂ ਤੁਸੀਂ ਅੱਗ ਜਲਾਉਣ ਦਾ ਕੰਮ ਲੈ ਸਕਦੇ ਹੋ, ਮਤਲਬ ਕਿ ਪਿੰਡਾਂ ਥਾਵਾਂ ਦੇ ਵਿੱਚ ਸਾਡੇ ਜਿਹੜੇ ਬਹੁਤ ਜ਼ਿਆਦਾ ਲੋਕ ਜਿਹੜੇ ਨਾ ਇਹਦੇ ਤੋਂ ਬਾਲਣ ਦਾ ਕੰਮ ਲੈਂਦੇ ਨੇ ਇਹਨੂੰ। ਅਤੇ ਉਸ ਤੋਂ ਇਲਾਵਾ ਜਦੋਂ ਇਹ ਛੋਟੇ ਛੋਟੇ ਹੁੰਦੀ ਹੈ ਉਦੋਂ ਸਾਡੀ ਜਿਹੜੀ ਪੰਜਾਬ ਦੀ ਮਸ਼ਹੂਰ ਸੁਗਾਤ ਹੈ ਸਾਗ, ਉਹ ਸਾਗ ਦੇ ਤੌਰ 'ਤੇ ਵੀ ਇਸਤੇਮਾਲ ਕਰ ਸਕਦੇ ਹੋ। ਇਹਦਾ ਮਤਲਬ ਹੈ ਕਿ ਇਹ ਜਿਹੜੀ ਗੋਭੀ ਸਰੋਂ ਹੈ ਇਹ ਸਾਡੇ ਮੁਲਕ ਦੇ ਵਿੱਚ ਬਹੁਤ ਜ਼ਿਆਦਾ ਕਾਮਯਾਬ ਹੈ, ਇਹ ਜਾਨਵਰਾਂ ਦੇ ਕੰਮ ਵੀ ਆਉਂਦੀ ਹੈ, ਇਨਸਾਨਾਂ ਦੇ ਕੰਮ ਵੀ ਆਉਂਦੀ ਹੈ, ਬਾਲਣ ਦੇ ਕੰਮ ਵੀ ਆਉਂਦੀ ਹੈ। ਅਤੇ ਉਸ ਤੋਂ ਇਲਾਵਾ ਇਹ ਖੂਬਸੂਰਤੀ ਚੈੱਕ ਕਰ ਲਓ ਤੁਸੀਂ, ਇਹਦੇ ਫੁੱਲ ਕਿੱਡੇ ਖੂਬਸੂਰਤ ਨੇ, ਹਾਲੀਆ ਪ੍ਰੋਸੈਸ ਦੇ ਵਿੱਚ ਇਹਨੇ ਤਕਰੀਬਨ ਮਹੀਨੇ ਤੱਕ, ਇਹਨੇ ਨਾ ਮਹੀਨੇ ਦੋ ਕੁ ਮਹੀਨੇ ਲੱਗ ਜਾਣੇ ਨੇ ਇਹਨੇ ਇਹਦੇ ਤਿਆਰੀ ਦੇ ਵਿੱਚ। ਪੱਕਣ ਤੋਂ ਬਾਅਦ ਇਹਨੂੰ ਉਹਨਾਂ ਨੇ ਕਟਾਈ ਕਰਕੇ ਇਹਦੇ ਜਿਹੜੇ ਸਿੱਟੇ ਨੇ ਉਹ ਅਲੱਗ ਕਰ ਲੈਣੇ ਨੇ, ਅਤੇ ਉਹਦੇ ਤੋਂ ਤੇਲ ਸਰੋਂ ਦਾ ਨਿਕਲੇਗਾ, ਅਤੇ ਜਦੋਂ ਸਰੋਂ ਦਾ ਤੇਲ ਨਿਕਲਦਾ ਹੋਣਾ ਉਹਦੇ ਨਾਲ ਹੀ ਖਲ ਜਿਹੜੀ ਹੈ ਨਾ, ਕੌੜੀ ਖਲ ਜਿਹੜੀ ਜਾਨਵਰਾਂ ਵਾਸਤੇ, ਉਹ ਤਿਆਰ ਹੋਣੀ ਸ਼ੁਰੂ ਹੋ ਜਾਣੀ ਹੈ। ਅਤੇ ਇਹ ਅੱਜ ਦੀ ਸਾਡੀ ਵੀਡੀਓ ਅੱਜ ਗੋਭੀ ਸਰੋਂ ਦੇ ਉੱਤੇ ਸੀ, ਤਾਂ ਕਿ ਅਸੀਂ ਆਪਣੇ ਦੋਸਤਾਂ ਨੂੰ ਆਪਣੇ ਪਿੰਡ ਦਾ ਕਲਚਰ, ਆਪਣੇ ਪੰਜਾਬ ਦਾ ਕਲਚਰ ਵਿਖਾ ਸਕੀਏ। ਇਹਦੇ ਨਾਲ ਹੀ ਦੋਸਤੋ, ਤੁਹਾਡਾ ਮੇਜ਼ਬਾਨ ਤਬੱਸਮ ਰਿਆਜ਼ ਤੁਹਾਡੇ ਕੋਲ ਜਾਦੂ ਚਾਹੁੰਦਾ। ਅੱਲਾ ਹਾਫਿਜ਼।